ਸਤਿ ਸ੍ਰੀ ਅਕਾਲ ਦੋਸਤੋ ਟਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨਾਲ ਜੁੜੀ ਅਪਡੇਟ ਦੀ ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਜੰਗਸਟ ਇਨਚਾਰਜ ਗੀਤ ਦੀ ਰਿਲੀਜ਼ ਡੇਟ ਨਾਲ ਜੁੜੀ ਅਪਡੇਟ ਦੀ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਕਿ ਸਿੱਧੂ ਮੂਸੇਵਾਲਾ ਨੇ ਲਾਈਵ ਆ ਕੇ ਆਪਣੇ ਚਾਹਣ ਵਾਲਿਆਂ ਨੂੰ ਕੀ ਅਪੀਲ ਕੀਤੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਜੰਗਸਟ ਇਨਚਾਰਜ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਤੇ ਇਹ ਟੀਜ਼ਰ ਫੈਨਸ ਦੁਆਰਾ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਇੱਕ ਦਿਨ ਵਿੱਚ ਹੀ ਇਸ ਉੱਪਰ 1 ਮਿਲੀਅਨ ਵਿਊ ਆ ਚੁੱਕੇ ਹਨ ਤੇ ਇਹ ਟੀਜ਼ਰ ਟ੍ਰੈਂਡਿੰਗ ਵਿੱਚ ਵੀ ਚੱਲ ਰਿਹਾ ਹੈ ਪਰ ਹਰ ਕੋਈ ਹੁਣ ਇਸ ਗੀਤ ਦੀ ਰਿਲੀਜ਼ ਡੇਟ ਦੀ ਹੀ ਉਡੀਕ ਕਰ ਰਿਹਾ ਹੈ ਤਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਨਵੇਂ ਸਾਲ ਵਾਲੇ ਦਿਨ ਸਿੱਧੂ ਮੂਸੇਵਾਲਾ ਨੇ ਖੁਦ ਲਾਈਵ ਆ ਕੇ ਦੱਸਿਆ ਸੀ ਕਿ ਇਹ ਗੀਤ ਇਸੇ ਮਹੀਨੇ ਯਾਨੀ ਕਿ ਜਨਵਰੀ ਵਿੱਚ ਹੀ ਰਿਲੀਜ਼ ਕੀਤਾ ਜਾਵੇਗਾ ਤੇ ਬਾਕੀ ਗੀਤ ਤੇ ਈਪੀ ਐਲਬਮ ਵੋਟਾਂ ਤੋਂ ਬਾਅਦ ਰਿਲੀਜ਼ ਹੋਣਗੇ ਇਸ ਲਈ ਦੋਸਤੋ ਲੱਗਦਾ ਤਾਂ ਇਹੀ ਹੈ ਕਿ ਜੰਗਸਟ ਇਨਚਾਰਜ ਗੀਤ 1-2 ਦਿਨਾਂ ਵਿੱਚ ਯਾਨੀ ਕਿ 31 ਜਨਵਰੀ ਤੱਕ ਰਿਲੀਜ਼ ਹੋ ਜਾਵੇਗਾ ਯੰਗ ਵੈਨ ਇਜ਼ ਯੰਗਸਟ ਇਨਚਾਰਜ ਆਊਟ ਭਰਾ ਬਸ ਜਲਦੀ ਛੇਤੀ ਤੋਂ ਛੇਤੀ ਬਾਈ ਆ ਇੱਕ ਗਾਣਾ ਮੈਂ ਹੁਣ ਆ ਮਹੀਨੇ ਜਨਵਰੀ ਕਰਨਾ ਅਤੇ ਬਾਕੀ ਸਾਰੇ ਮੈਂ ਇਲੈਕਸ਼ਨਸ ਤੋਂ ਬਾਅਦ ਜਿੰਨੇ ਗਾਣੇ ਕਹੂੰਗੇ ਉਹਨੇ ਸਾਰੀ ਅਸੀਂ 2 ਐਲਬਮਾਂ 'ਤੇ ਕੰਮ ਕਰ ਰਹੇ ਹਾਂ ਅਤੇ ਛੇਤੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਈ ਸਰਪ੍ਰਾਈਜ਼ ਨੇ ਅਤੇ ਆਹ ਮਹੀਨੇ ਆਪਣਾ ਗਾਣਾ ਆਉਣਾ ਯੰਗੈਸਟ ਇਨ ਚਾਰਜ ਅਤੇ ਉਹ ਵੀ ਗਾਣਾ ਸੁਣਿਓ ਅਤੇ ਬਾਕੀ ਇਸ ਦੇ ਨਾਲ ਹੀ ਅੱਜ ਸਿੱਧੂ ਮੂਸੇਵਾਲਾ ਨੇ ਲਾਈਵ ਆ ਕੇ ਆਪਣੇ ਚਾਹਣ ਵਾਲਿਆਂ ਨੂੰ ਇੱਕ ਖਾਸ ਅਪੀਲ ਵੀ ਕੀਤੀ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨਸ ਵਾਲਿਓ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਵੋਟਾਂ ਦਾ ਵਕਤ ਚੱਲ ਰਿਹਾ ਹੈ ਅਤੇ ਮੈਂ ਆਪਣੇ ਵੰਨੀਓ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਅਤੇ ਐਤਕੀ ਵਕਤ ਹੈ ਅਸੀਂ ਸਮਝੀਏ ਸਮੇਂ ਦੀ ਲੋੜ ਨੂੰ ਕਿਉਂਕਿ ਜੇ ਅਸੀਂ ਐਤਕੀ ਨਹੀਂ ਸਮਝਿਆ ਤਾਂ ਪਿਛਲੇ ਸਾਲਾਂ ਵਾਂਗੂ ਸਾਡਾ ਸ਼ੋਸ਼ਣ ਉਹ ਵੀ ਹੁੰਦਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਨਵੀਂ ਸੋਚ ਆਵੇ ਇੱਕ ਬਦਲਾਅ ਦੀ ਨੀਤੀ ਆਵੇ ਤਾਂ ਜੋ ਅਸੀਂ ਇੱਥੋਂ ਦਾ ਵਾਤਾਵਰਨ ਇੱਥੋਂ ਦੀ ਹਵਾ ਇੱਥੋਂ ਦਾ ਸਭ ਕੁਛ ਬਦਲ ਸਕੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਰੱਕੀ ਕਰ ਸਕਣ ਸਤਿ ਸ਼੍ਰੀ ਅਕਾਲ